ਸਾਰਿਆਂ ਨੂੰ ਮੇਜਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਅਸੀਂ ਜਾਣਦੇ ਹਾਂ ਕਿ ਕੇਂਦਰ ਸਰਕਾਰ ਦੇ ਵੱਲੋਂ 3 ਖੇਤੀ ਕਾਨੂੰਨ ਲਾਗੂ ਕੀਤੇ ਗਏ ਨੇ ਜਿਹੜੇ ਕਿ ਕਿਸਾਨੀ ਮਾਰੂ ਨੇ ਅਤੇ ਉਹਦੇ ਉੱਪਰ ਜਿਹੜੇ ਕਿ ਲਗਾਤਾਰ ਸੰਘਰਸ਼ ਚੱਲ ਰਹੇ ਨੇ ਅਤੇ ਨੌਜਵਾਨਾਂ ਦੇ ਵੱਲੋਂ ਇਸ ਸੰਘਰਸ਼ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਜਿਹੜਾ ਕਿ ਆਪਣਾ ਸਹਿਯੋਗ ਦਿੱਤਾ ਜਾ ਰਿਹਾ। ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜਾ ਕਿ ਸੁਨੇਹਾ ਬਹੁਤ ਵਧੀਆ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਰਿਹਾ ਅਤੇ ਸਾਡੇ ਨਾਲ ਐਸੇ ਹੀ ਇੱਕ ਨੌਜਵਾਨ ਨਵਦੀਪ ਸਿੰਘ ਮੌਜੂਦ ਨੇ ਜਿਨ੍ਹਾਂ ਨੇ 5 ਕ੍ਰੀਏਸ਼ਨ ਨਾਂ ਦੇ ਇੱਕ ਚੈਨਲ ਬਣਾਇਆ ਅਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਉਹ ਵੀਡੀਓਜ਼ ਬਣਾ ਰਹੇ ਨੇ, ਇੱਕ ਸੀਰੀਜ਼ ਬਣਾ ਰਹੇ ਨੇ ਇਸ ਕਿਸਾਨੀ ਮੋਰਚੇ ਦੇ ਉੱਪਰ। ਅਤੇ ਆਓ ਗੱਲ ਕਰਦੇ ਹਾਂ ਅਸੀਂ ਨਵਦੀਪ ਸਿੰਘ ਦੇ ਨਾਲ। ਨਵਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਾਈ, ਸਤਿ ਸ਼੍ਰੀ ਅਕਾਲ। ਜਿੱਥੇ ਇੱਕ ਪਾਸੇ ਮੇਰੇ ਖੱਬੇ ਹੱਥ ਨਵਦੀਪ ਸਿੰਘ ਖੜ੍ਹੇ ਅਤੇ ਦੂਜੇ ਪਾਸੇ ਮੇਰੇ ਨਾਲ ਐਡਵੋਕੇਟ ਜੋਸ਼ੀ ਜੀ ਖੜ੍ਹੇ ਨੇ, ਨਵਰੀਤ ਸਿੰਘ ਜੋਸ਼ੀ ਜੀ। ਸੋ ਅਸੀਂ ਦੋਹਾਂ ਨਾਲ ਗੱਲ ਕਰਾਂਗੇ ਕਿ ਨਵਦੀਪ ਸਿੰਘ ਕਿਵੇਂ ਇਸ ਜਿਹੜੀ ਆ ਵੀਡੀਓ ਨੂੰ ਬਣਾਉਣ ਲੱਗਾ, ਇਹ ਸੀਰੀਅਸ ਕਿਵੇਂ ਉਹਨਾਂ ਦੇ ਦਿਮਾਗ 'ਚ ਬਣਾਉਣਾ ਸ਼ੁਰੂ ਆਇਆ, ਦਿਮਾਗ 'ਚ ਆਇਆ। ਅਤੇ ਨਾਲੇ ਅਸੀਂ ਐਡਵੋਕੇਟ ਨਵਰੀਤ ਸਿੰਘ ਜੋਸ਼ੀ ਜੀ ਨਾਲ ਗੱਲ ਕਰਾਂਗੇ ਕਿ ਉਹ ਕਿਹੜੇ ਕਾਨੂੰਨੀ ਪੱਖ ਦੇਖਦੇ ਨੇ ਇਹਨਾਂ ਦੇ ਵਿੱਚ। ਨਵਦੀਪ ਜੀ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਅਤੇ ਤੁਸੀਂ ਕਿੱਥੇ ਦੀ ਜੰਮ ਪਲ ਹੋ? ਜੀ, ਮੇਰਾ ਪਿਛੋਕੜ ਹੈ ਜਿਹੜਾ ਉਹ ਲੁਧਿਆਣਾ ਸ਼ਹਿਰ ਤੋਂ ਹੈ, ਮੇਰੀ ਫੈਮਿਲੀ ਲੁਧਿਆਣੇ ਹੈ। ਤਾਂ ਮੈਂ ਚੰਡੀਗੜ੍ਹ ਦੇ ਵਿੱਚ ਪਿਛਲੇ ਕੋਈ 8-9 ਸਾਲਾਂ ਤੋਂ ਰਹਿ ਰਿਹਾ, ਮੇਰੀ ਸਟੱਡੀ ਇੱਥੇ ਦੀ ਹੈ। ਤਾਂ ਮੈਂ ਹੁਣ ਆਪਣਾ ਇੱਕ ਮੈਂ IT ਫਰਮ ਰਨ ਕਰ ਰਿਹਾ ਇੱਥੇ ਮੋਹਾਲੀ ਦੇ ਵਿੱਚ। ਤਾਂ ਸਾਈਡ ਬਾਈ ਸਾਈਡ ਜਿਹੜਾ ਪੈਸ਼ਨੇਟ ਹਾਂ ਮੈਂ ਇਸ ਫੀਲਡ ਲਈ ਵੀ, ਫਿਲਮ ਮੇਕਿੰਗ ਦੀ ਫੀਲਡ ਆ ਜਿਹੜੀ, ਇਹਨੂੰ ਮੈਂ ਕਾਫੀ 6-7 ਸਾਲਾਂ ਤੋਂ ਮੈਂ ਸਟੱਡੀ ਕਰ ਰਿਹਾ। ਤਾਂ ਨਾਲ ਦੀ ਨਾਲ ਮੈਂ ਕੋਸ਼ਿਸ਼ ਕਰ ਰਿਹਾ ਵੀ ਇਹ 'ਤੇ ਕੰਮ ਕੀਤਾ ਜਾਵੇ। ਤਾਂ ਹੁਣ ਮੈਂ ਪਿਛਲੇ ਸਾਲ ਤੋਂ ਹੀ ਮੈਂ ਇਸ ਫੀਲਡ ਦੇ ਵਿੱਚ ਇੱਕ ਵੀ ਕਹਿ ਲਓ ਵੀ ਫੁੱਲ ਟਾਈਮ ਮੈਂ ਐਕਟਿਵ ਹੋਇਆ। ਤਾਂ ਦੋ ਫਿਲਮਾਂ ਪਹਿਲਾਂ ਮੈਂ ਸ਼ਾਰਟ ਕੀਤੀਆਂ, ਫਿਰ ਉਸ ਤੋਂ ਬਾਅਦ ਟਾਕ ਸ਼ੋਅ ਕੀਤਾ ਇੱਕ। ਤਾਂ ਜਿਹੜੀ ਹੁਣ ਇਹ ਡਾਕੂਮੈਂਟਰੀ ਆ, ਇਹ ਅਸੀਂ ਹੁਣ ਜਿਹੜਾ ਰੀਸੈਂਟਲੀ ਚੱਲ ਰਿਹਾ ਕੰਮ ਇਸ ਡਾਕੂਮੈਂਟਰੀ ਦੇ ਕਰ ਰਹੇ ਹਾਂ ਅਸੀਂ। ਅਤੇ ਇਹ ਜਿਹੜਾ ਕਿਸਾਨੀ ਮੋਰਚੇ ਨੂੰ ਲੈ ਕੇ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਸੋਚ ਆਈ ਹੈ ਕਿ ਮੈਂ ਇਹਦੇ ਉੱਪਰ ਜਿਹੜੀ ਆ ਕਿ ਸ਼ੋਰਟ ਸੀਰੀਜ਼ ਬਣਾਵਾਂ, ਕਿਸ ਤਰ੍ਹਾਂ ਇਹ ਸਾਰਾ ਤੁਹਾਡੇ ਦਿਮਾਗ 'ਚ ਆਇਆ? ਇਹ ਸਾਰਾ ਦਿਮਾਗ ਦੇ ਵਿੱਚ ਉਦੋਂ ਚੱਲਿਆ ਵੀ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਕਿਸੇ ਵੀ ਆਪਣੇ ਸਰਕਲ ਦੇ ਵਿੱਚ, ਤਾਂ ਅੱਜ ਕੱਲ੍ਹ ਹਰੇਕ ਬੰਦੇ ਕੋਲ ਇੱਕ ਆਪਣਾ ਸੋਸ਼ਲ ਮੀਡੀਆ 'ਤੇ, ਤਾਂ ਹੋਰ TV ਚੈਨਲਸ, ਹੋਰ ਮੀਡੀਆ, ਪ੍ਰਿੰਟ ਮੀਡੀਆ, ਤਾਂ ਉਹ ਚੀਜ਼ਾਂ ਹਰੇਕ ਇੰਡੀਵਿਜੁਅਲ ਨੂੰ ਅੱਜ ਕੱਲ੍ਹ ਵੀ ਪਤਾ, ਅਪ ਟੂ ਡੇਟ ਰਹਿੰਦਾ ਬੰਦਾ ਵੀ ਕੀ ਹੋ ਰਿਹਾ ਅੰਦੋਲਨ ਦੇ ਵਿੱਚ, ਕਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ, ਕਿੰਨਾ ਆਪਣਾ ਇਕੱਠ ਹੋ ਗਿਆ, ਕਿੰਨੀਆਂ ਟਰਾਲੀਆਂ ਆ ਗਈਆਂ, ਕਿੰਨੇ ਟਰੈਕਟਰ ਆ ਗਏ। ਉਹ ਆਲਮੋਸਟ ਮੈਂ ਕਹਿੰਦਾ ਵੀ ਹਰੇਕ ਪੰਜਾਬੀ ਭਾਈਚਾਰੇ ਦੇ ਨਾਲ ਰਿਲੇਸ਼ ਰੱਖਣ ਵਾਲੇ ਬੰਦੇ ਨੂੰ ਇਸ ਚੀਜ਼ ਦਾ ਪਤਾ। ਤਾਂ ਅਸੀਂ ਗੱਲਬਾਤ ਕਰ ਰਹੇ ਸੀ ਵੀ ਕੁਛ ਇਹੋ ਜਿਹਾ ਵੀ ਆਪਾਂ ਡਾਕੂਮੈਂਟ ਕਰੀਏ ਵੀ ਜਿਹੜੀਆਂ ਚੀਜ਼ਾਂ ਬੈਕ ਐਂਡ 'ਤੇ ਚੱਲ ਰਹੀਆਂ, ਵੀ ਹੁਣ ਅਸੀਂ ਤਾਂ ਅੰਦੋਲਨ ਕਰ ਰਹੀ ਹਾਂ, ਠੀਕ ਹੈ, ਹੁਣ ਸਰਕਾਰ ਪਿੱਛੇ ਕੀ ਕਰ ਰਹੀ ਹੈ, ਵੀ ਸਰਕਾਰ ਮੀਟਿੰਗ ਕਰ ਰਹੀ ਹੈ, ਨਹੀਂ ਕਰ ਰਹੀ ਮੀਟਿੰਗ, ਕਿਉਂ ਨਹੀਂ ਕਰ ਰਹੀ, ਕਿਉਂ ਕਿਸੇ ਚੀਜ਼ ਦਾ ਹੀਲਾ ਨਹੀਂ ਨਿਕਲ ਰਿਹਾ, ਕੋਈ ਕਿਸੇ ਨਤੀਜੇ 'ਤੇ ਕਿਉਂ ਨਹੀਂ ਸਰਕਾਰ ਆ ਰਹੀ। ਤਾਂ ਉਹ ਚੀਜ਼ਾਂ ਸਾਰੀਆਂ ਵੀ ਜਦੋਂ ਇੱਕ ਵਾਰ ਵੀ ਦਿਮਾਗ 'ਚ ਆਈਆਂ ਵੀ ਇਹੋ ਜਿਹਾ ਕੁਛ ਆਪਾਂ ਸਕਰੀਨ 'ਤੇ ਲੈ ਕੇ ਆਈਏ ਵੀ ਲੋਕਾਂ ਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਆਪਣਾ, ਵੀ ਹੁਣ ਆਉਣ ਵਾਲੇ ਟਾਈਮ 'ਚ ਕਿੱਦਾਂ ਵੀ ਇਸ ਚੀਜ਼ ਨੂੰ ਡੀਲ ਕਰਨਾ ਆਪਾਂ। ਹੁਣ ਤੁਸੀਂ ਸਾਰੇ ਆਪਾਂ ਜਾਣਦੇ ਹਾਂ ਵੀ ਕਿੱਦਾਂ ਵੀ ਮਾਹੌਲ ਵੀ ਨਹੀਂ ਇੰਨਾ ਅਸੀਂ ਐਕਟਿਵ ਹੈਗੇ ਹੁਣ ਪਿਛਲੇ 2-3 ਮਹੀਨਿਆਂ ਤੋਂ। ਤਾਂ ਹੁਣ ਆਉਣ ਵਾਲੇ ਟਾਈਮ 'ਚ ਕੀ ਹੋਣਾ, ਕੀ ਹੋ ਰਿਹਾ, ਵੀ ਤੁਸੀਂ ਵੀ ਹੁਣ ਜਾਣਦੇ ਹੋ ਵੀ ਹੋਰ ਸੰਸਥਾਵਾਂ ਨੇ ਆਪਣੇ ਜਿਹੜੇ ਕਿਸਾਨੀ ਅੰਦੋਲਨ ਦੇ ਲੀਡਰ ਸਾਹਿਬਾਨ ਨੇ ਉਹ ਸਾਰੇ ਹੁਣ ਵੀ ਕੁਛ ਪਲਾਨ ਕਰ ਰਹੇ ਆ, ਕੀ ਪਲਾਨ ਕਰ ਰਹੇ, ਕੀ ਨਹੀਂ ਕਰ ਰਹੇ। ਤਾਂ ਉਹ ਚੀਜ਼ਾਂ ਵੀ ਇੱਕ ਸੀਗਾ ਦਿਮਾਗ ਦੇ ਵਿੱਚ ਵੀ ਆਪਾਂ ਇੱਕ ਹੁਣ ਇਨ ਫਿਊਚਰ ਹੁਣ ਜਦੋਂ ਇਹਦਾ ਨਿਕਲ ਗਿਆ ਹੱਲ ਕੋਈ ਵੀ ਸਾਰਾ ਕੁਛ ਨਿਬੜ ਗਿਆ, ਤਾਂ ਉਸ ਤੋਂ ਬਾਅਦ ਵੀ ਕੋਈ ਜੇ ਸਰਚ ਕਰੇ ਆਪਣੇ ਅਕਾਊਂਟ 'ਤੇ ਸੋਸ਼ਲ ਮੀਡੀਆ 'ਤੇ ਕਿਸੇ ਹੋਰ ਪਲੈਟਫਾਰਮ 'ਤੇ, ਤਾਂ ਉਹਨੂੰ ਪਤਾ ਲੱਗੇ ਵੀ ਇੱਕ ਡਾਕੂਮੈਂਟਰੀ ਬਣੀ ਹੋਈ ਹੈ, ਵੀ ਉਹ ਚੀਜ਼ਾਂ ਵੀ ਉਹ ਕਿੱਦਾਂ ਸ਼ੁਰੂਆਤ ਹੋਈ, ਇਹਦੀ ਕਿਵੇਂ ਅੱਗੇ ਚੱਲਿਆ ਸਾਰਾ ਕੁਛ। ਤਾਂ ਉਹ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ A to Z ਵੀ ਉਹਦੇ ਵਿੱਚ ਕਵਰ ਕੀਤਾ ਜਾਵੇ। ਨਵਦੀਪ ਜੀ, ਅਕਸਰ ਦੇਖਿਆ ਜਾਂਦਾ ਜਿਹੜੀਆਂ ਡਾਕੂਮੈਂਟਰੀਜ਼ ਬਣਦੀਆਂ ਨੇ ਉਹ ਬਾਅਦ ਵਿੱਚ ਬਣਦੀਆਂ ਨੇ, ਜਦੋਂ ਬੰਦਾ ਕੋਈ ਡਾਕੂਮੈਂਟ ਇਕੱਠੇ ਕਰਦਾ ਹੈ ਅਤੇ ਉਸ ਤੋਂ ਬਾਅਦ ਉਹਨੂੰ ਪੂਰੀ ਖੋਜ ਕਰਨ ਤੋਂ ਬਾਅਦ ਇੱਕ ਤਿਆਰ ਕਰਦਾ। ਪਰ ਤੁਸੀਂ ਲੱਗਦਾ ਕਿ ਲਗਾਤਾਰ ਮੋਰਚੇ ਨਾਲ ਵੀ ਜੁੜੇ ਰਹੇ ਹੋ, ਮੋਰਚੇ 'ਚ ਜਾਂਦੇ ਵੀ ਹੋ, ਅਤੇ ਉਸ ਤੋਂ ਬਾਅਦ ਜਿਹੜੇ ਤੁਸੀਂ
ਵਿਦਵਾਨਾਂ ਨਾਲ ਗੱਲ ਕਰਦੇ ਹੋ, ਜਿਹੜੇ ਲੋਕ ਇਸ ਮੋਰਚੇ ਬਾਰੇ ਆਪਣੇ ਗੱਲਬਾਤ ਰੱਖਦੇ ਨੇ, ਪੂਰਾ ਸੋਝੀ ਰੱਖਦੇ ਨੇ, ਉਹਨਾਂ ਨੂੰ ਵੀ ਤੁਸੀਂ ਗੱਲਬਾਤ ਕੀਤੀ ਹੈ, ਉਹ ਫਿਰ ਕਿਸ ਤਰ੍ਹਾਂ ਤੁਸੀਂ ਸਾਰਿਆਂ ਨਾਲ ਤਾਲਮੇਲ ਪੈਦਾ ਕਰ ਰਹੇ ਹੋ? ਜੀ ਹੁਣ ਜਿਹੜੀ ਆ ਡਾਕੂਮੈਂਟੇਸ਼ਨ ਤੁਸੀਂ ਕਿਹਾ ਵੀ ਹੁਣ ਇੰਸੀਡੈਂਟਸ ਹੋ ਜਾਂਦੇ ਆ, ਖਤਮ ਹੋ ਗਏ, ਰਿਜ਼ਲਟ ਆ ਗਿਆ, ਫਿਰ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਸ਼ੁਰੂ ਹੁੰਦੀ ਆ, ਤਾਂ ਇਹਦੀ ਇਸ ਡਾਕੂਮੈਂਟਰੀ ਦੀ ਇਹੀ ਖੂਬੀ ਮੈਂ ਕਹੂੰਗਾ ਵੀ ਅਸੀਂ ਇਹਨੂੰ ਲਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਹੁਣ ਨਾਲ ਦੀ ਨਾਲ ਵੀ ਹੁਣ ਜਿੱਦਾਂ ਅਸੀਂ ਇੱਕ ਸੀਜ਼ਨ ਇਹਨੂੰ ਆਲਰੇਡੀ ਲਾਈਵ ਕਰ ਦਿੱਤਾ, ਅਸੀਂ 3 ਐਪੀਸੋਡ ਲਾਈਵ ਕਰ ਦਿੱਤੇ ਹੋਏ ਆ 5 ਕ੍ਰੀਏਸ਼ਨ ਦੇ ਚੈਨਲ 'ਤੇ, ਤਾਂ ਹੁਣ ਸਾਡੀ ਕੋਸ਼ਿਸ਼ ਇਹ ਹੈ ਵੀ ਜੋ ਕੁਛ ਵੀ ਹੋ ਰਿਹਾ ਆਪਾਂ ਨਾਲ ਦੀ ਨਾਲ ਉਹਨੂੰ ਸ਼ੂਟ ਕਰਕੇ, ਨਾਲ ਦੀ ਨਾਲ ਆਪਣੇ ਜਿਹੜੇ ਸਾਡੇ ਸਕਾਲਰਸ ਨੇ ਨਾਲ ਜੁੜੇ ਹੋਏ ਇਸ ਡਾਕੂਮੈਂਟਰੀ ਦੇ ਵਿੱਚ, ਉਹਨਾਂ ਦੀ ਜਿਹੜੀ ਸਟੱਡੀ ਹੈ, ਉਹਨਾਂ ਦਾ ਬੈਕਗਰਾਊਂਡ ਹੈ, ਉਹਨਾਂ ਦੇ ਆਪਣੇ ਵਿਚਾਰ ਹੈ, ਇੱਕ ਉਹ ਨਿਰੋਲ ਪੱਖ ਦੇ ਰੂਪ ਦੇ ਵਿੱਚ ਉਹ ਸਾਰਾ ਕੁਛ ਨਾਲ ਦੀ ਨਾਲ ਅਸੀਂ ਵੀ ਸਕਰੀਨ 'ਤੇ ਲੈ ਕੇ ਆਈਏ। ਅਤੇ ਤੁਹਾਡੀ ਕਿੰਨੇ ਬੰਦਿਆਂ ਦੀ ਟੀਮ ਹੈ ਕਿ ਜਿਹੜੀ ਇਹਦੇ 'ਚ ਸਾਰਾ ਕੰਮ ਕਰ ਰਹੀ? ਜੀ ਅਸੀਂ 6-7 ਟੀਮ ਮੈਂਬਰਸ ਹਾਂ ਆਪਣਾ, ਵੀ ਸਾਡੇ ਜਿਹੜੇ ਐਡੀਟਰ ਨੇ ਲਵਪ੍ਰੀਤ ਸਿੰਘ, ਬਹੁਤ ਵਧੀਆ ਉਹਨਾਂ ਦਾ ਕੰਮ ਹੈ ਇਸ ਡਾਕੂਮੈਂਟਰੀ ਦੇ ਵਿੱਚ, ਤਾਂ ਜਿਹੜੇ ਸਾਡੇ ਪ੍ਰੋਡਿਊਸਰ ਨੇ ਅਮਰੀਕਾ ਦੇ ਵਿੱਚ ਬਿਜ਼ਨਸਮੈਨ ਨੇ ਮਨੀਤਪਾਲ ਦਿਓਲ, ਤਾਂ ਉਹ ਸਾਰੇ ਮੇਰੇ ਆਲਮੋਸਟ ਪ੍ਰੋਜੈਕਟ ਉਹੀ ਪ੍ਰੋਡਿਊਸ ਕਰਦੇ ਆ, ਤਾਂ ਮਤਲਬ ਜਿਹੜੇ ਵੀ ਸਾਡੇ ਟੀਮ ਦੇ ਵਿੱਚ ਜਿੰਨੇ ਵੀ ਮੁੰਡੇ ਆ ਸਭ ਮਤਲਬ ਵੀ ਸਭ ਇਸੇ ਉਹਦੇ ਲਈ ਵੀ ਕੌਨਸ਼ੀਅਸ ਨੇ ਵੀ ਅਸੀਂ ਵੀ ਕੁਛ ਨਾ ਕੁਛ ਵੀ ਇਹੋ ਜਿਹਾ ਲੈ ਕੇ ਆਉਣਾ ਵੀ ਹੁਣ ਕਮਰਸ਼ੀਅਲਾਈਜ਼, ਸਾਰਾ ਕੁਛ ਕਮਰਸ਼ੀਅਲਾਈਜ਼ ਹੈ ਹੁਣ, ਸਾਰਾ ਕੁਛ ਵੀ ਅਸੀਂ ਦੇਖਦੇ ਹਾਂ ਵੀ ਫਿਲਮ ਮੇਕਿੰਗ ਹੈ। ਜੇ ਤੁਸੀਂ ਕਹਿੰਦੇ ਹੋ ਵੀ ਜੇ ਕੋਈ 1 ਕਰੋੜ ਰੁਪਈਆ ਲਾ ਰਿਹਾ ਤੁਹਾਡੇ ਪ੍ਰੋਜੈਕਟ 'ਤੇ, ਤਾਂ ਉਹਨੂੰ 6 ਮਹੀਨੇ ਬਾਅਦ 2 ਕਰੋੜ ਚਾਹੀਦਾ ਉਹਨੂੰ, ਤਾਂ ਹੁਣ ਮੇਰੇ ਜਿਹੜੇ ਪ੍ਰੋਜੈਕਟਸ ਨੇ ਅਸੀਂ ਕੋਈ ਕਮਰਸ਼ਲਾਈਜ਼ ਨਹੀਂ ਕੀਤਾ, ਅਸੀਂ ਸਿਰਫ ਸੋਸ਼ਲ ਮੁੱਦਿਆਂ 'ਤੇ ਕੰਮ ਕਰ ਰਹੇ ਹਾਂ ਸ਼ੁਰੂਆਤ ਤੋਂ ਹੀ। ਮੈਂ ਆਪਣਾ ਜਦੋਂ ਪ੍ਰੋਜੈਕਟ ਮਾਰਕੀਟ 'ਚ ਲੈ ਕੇ ਜਾਂਦਾ ਤਾਂ ਮਤਲਬ ਵੀ ਲੋਕਾਂ ਨੂੰ ਹੁੰਦਾ ਵੀ ਇਹਦੇ 'ਤੇ ਪੈਸਾ ਲਾਏ ਅਤੇ ਕੋਈ ਸਾਨੂੰ ਰਿਟਰਨ ਨਹੀਂ ਮਿਲਣੀ ਸਾਨੂੰ, ਤਾਂ ਉਹ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਘੱਟ ਤੋਂ ਘੱਟ ਬਜਟ ਦੇ ਵਿੱਚ ਆਪਾਂ ਘੱਟ ਮਤਲਬ ਵਧੀਆ ਸਕਰੀਨਾਈਜੇਸ਼ਨ ਕਰੀਏ ਚੀਜ਼ਾਂ ਦੀ। ਤਾਂ ਹੁਣ ਟੀਮ ਵਧੀਆ, ਸਾਰੇ ਮੁੰਡੇ ਠੀਕ ਨੇ, ਕੰਮ ਕਰ ਰਹੇ ਆ, ਮਿਹਨਤ ਕਰ ਰਹੇ ਆ, ਤਾਂ ਅਸੀਂ ਐਕਸਪੈਂਡ ਕਰ ਰਹੇ ਹਾਂ ਟੀਮ ਹੋਰ ਵੀ ਅੱਗੇ, ਨਾਲ ਵੀ ਹੁਣ ਲੋਕ ਦੇਖ ਰਹੇ ਆ ਸਾਡਾ ਕੰਮ, ਤਾਂ ਹੁਣ ਉਹਨਾਂ ਨੂੰ ਵੀ ਇਹ ਵੀ ਅਸੀਂ ਵੀ ਨਾਲ ਜੁੜੀਏ। ਇਸ ਟਾਈਮ ਜਿਵੇਂ ਕਿ ਸਾਡੇ ਨਾਲ ਨਵਰੀਤ ਜੋਸ਼ੀ ਜੀ ਵੀ ਐਡਵੋਕੇਟ ਮੌਜੂਦ ਨੇ, ਅਤੇ ਤੁਹਾਡਾ ਇਹਨਾਂ ਦੇ ਨਾਲ ਕਿਵੇਂ ਸੰਪਰਕ ਹੋਇਆ? ਜੀ ਇਹਨਾਂ ਦੇ ਨਾਲ ਸੰਪਰਕ ਇੱਦਾਂ ਸੀ ਵੀ ਮੇਰੇ ਯਾਰ ਮਿੱਤਰ ਨੇ ਹਾਈਕੋਰਟ ਦੇ ਵਿੱਚ ਇਹਨਾਂ ਨਾਲ ਹੀ ਇਹਨਾਂ ਦੇ ਕਲਾਸਮੇਟ ਰਹੇ ਆ, ਤਾਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਜਦੋਂ ਅਸੀਂ ਲਿੰਕ ਬਣਾਉਣੇ ਸ਼ੁਰੂ ਕੀਤੇ ਵੀ ਅਸੀਂ ਕਿੰਨਾ ਦੀ ਕਿਹੜੇ ਆਪਣਾ ਅਸੀਂ ਲੈਣੇ ਆ ਵੀ ਜਿਹੜੇ ਸਕਾਲਰ ਜਿਹੜੇ ਸਕਰੀਨ 'ਤੇ ਆ ਕੇ ਬੋਲ ਸਕਣ। ਮੇਰੀ ਇਹ ਕੋਸ਼ਿਸ਼ ਸੀ ਵੀ ਹਰੇਕ ਫੀਲਡ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਆਪਾਂ ਵੀ ਲੈ ਕੇ ਆਈਏ ਜਿਹੜਾ ਆਪਣੇ ਵਿਚਾਰ ਰੱਖ ਸਕੇ, ਤਾਂ ਜਿਵੇਂ ਹੁਣ ਵੀ ਇਸ ਡਾਕੂਮੈਂਟਰੀ ਦੇ ਵਿੱਚ ਡਾਕਟਰ ਵੀ ਹੈਗੇ ਆ, ਹਿਸਟੋਰੀਅਨ ਵੀ ਹੈਗੇ ਆ, ਹੁਣ ਰਵਨੀਤ ਭਾਈ ਸਾਹਿਬ ਦਾ ਸੀਗਾ ਵੀ ਇਹਨਾਂ ਨੂੰ ਅਸੀਂ ਇੱਕ ਲੀਗਲ ਪਰਸਪੈਕਟਿਵ ਦੇ ਵੇ ਨਾਲ ਅਸੀਂ ਸਕਰੀਨ 'ਤੇ ਲੈ ਕੇ ਆਏ ਹਾਂ ਵੀ ਇਹ ਜਿਹੜੇ ਫਾਰਮੂਲਾਜ਼ ਨੇ 3 ਫਾਰਮੂਲਾਜ਼ ਨੇ, ਤਾਂ ਉਹਨਾਂ ਨੂੰ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉੱਥੇ ਐਕਸਪਲੇਨ ਕੀਤਾ ਵੀ ਕਿਹੜੀਆਂ ਕਿਹੜੀਆਂ ਕਮੀਆਂ ਨੇ, ਕਿੱਦਾਂ ਇਹ ਪਾਸ ਹੋਏ ਆ, ਕਿਹੜਾ ਇਹਨਾਂ 'ਚ ਵੀ ਕਿਹੜਾ ਇਹੋ ਜਿਹਾ ਕਾਨੂੰਨ ਹੈ, ਕਿੱਦਾਂ ਵੀ ਜਿਹੜਾ ਨੁਕਸਾਨਦਾਈ ਹੈ ਵੀ ਆਪਣੇ ਲੋਕਾਂ ਲਈ ਆਪਣੇ ਲੋਕਾਂ ਨੂੰ ਨਹੀਂ ਚਾਹੀਦਾ, ਤਾਂ ਉਹ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਗੱਲਬਾਤ ਕੀਤੀ। ਤਾਂ ਉਸ ਫਰੈਂਡ ਦੇ ਥਰੂ ਮੇਰੀ ਗੱਲ ਹੋਈ ਸੀ ਇਹਨਾਂ ਨਾਲ, ਤਾਂ ਇਹਨਾਂ ਨੇ ਪਹਿਲੀ ਕਾਲ 'ਤੇ ਹੀ ਹਾਂ ਕਰਤੀ ਸੀ ਵੀ ਹਾਂਜੀ ਆਪਾਂ ਕੰਮ ਕਰਾਂਗੇ, ਤਾਂ ਉਸ ਤੋਂ ਬਾਅਦ ਅਸੀਂ ਹੁਣ ਤਕਰੀਬਨ 5-6 ਮਹੀਨੇ ਹੋ ਗਏ ਆ ਸ਼ੂਟ ਕੀਤੇ ਨੂੰ, ਅਸੀਂ ਸਟਾਰਟ ਤਾਂ ਉਦੋਂ ਤੋਂ ਹੀ ਆਪਾਂ ਇਕੱਠੇ ਹਾਂ। ਅਤੇ ਨਵਰੀ ਜੀ ਜਿਵੇਂ ਕਿ ਤੁਸੀਂ ਇਹਨਾਂ ਦੇ ਨਾਲ ਇਸ ਟਾਈਮ ਕੰਮ ਕਰ ਰਹੇ ਹੋ, ਤੁਸੀਂ ਜਿਹੜਾ ਕਿ ਟੈਕਨੀਕਲੀ ਜੋ ਤੁਹਾਡਾ ਕਾਨੂੰਨੀ ਦਾਓ ਪੇਚ ਨੇ ਉਹਨਾਂ ਦੇ ਨਾਲ ਜਿਹੜੇ 3 ਕਾਨੂੰਨਾਂ ਨੂੰ ਲੈ ਕੇ ਬੜੀ ਪੰਬਲ ਪੋਸਾ ਚੱਲ ਰਿਹਾ, ਅਤੇ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਮਦਦ ਦੇ ਰਹੇ ਹੋ ਉਸ ਦੇ ਵਿੱਚ? ਦੇਖੋ ਜੀ ਬ੍ਰੌਡਲੀ ਜਦੋਂ ਨਵਦੀਪ ਬਾਈ ਜੀ ਨੇ ਮੇਰੇ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਜੋ ਇਹਦਾ ਇੰਟਰੋਡਕਸ਼ਨ ਦਿੱਤੀ ਵੀ ਰਿਜ਼ੈਂਟਮੈਂਟ ਕਰਕੇ ਇੱਕ ਡਾਕੂਮੈਂਟਰੀ ਅਸੀਂ ਜੋ ਕਿਸਾਨੀ ਅੰਦੋਲਨ 'ਤੇ ਬਣਾ ਰਹੇ ਹਾਂ, ਜਿਹਦਾ ਅਹਿਮ ਰੂਪ 'ਚ ਪਹਿਲੂ ਇਹੀ ਹੈ ਵੀ ਉਹ ਜੋ ਇੰਸੀਡੈਂਟ ਹਜੇ ਚੱਲ ਰਿਹਾ ਉਹਨੂੰ ਲਾਈਵ ਕਵਰ ਕਰ ਰਹੇ ਹਾਂ, ਅਤੇ ਇਹ ਇੱਕ ਨਿਰੋਲ ਰੂਪ ਦੇ ਵਿੱਚ ਡਾਕੂਮੈਂਟਰੀ ਤਿਆਰ ਹੋਊਗੀ, ਨਾ ਕਿ ਇਨਫਲੂਐਂਸਡ ਹੋਊਗੀ ਵੀ ਜਿਵੇਂ ਬਾਅਦ 'ਚ ਜਦੋਂ ਡਾਕੂਮੈਂਟਰੀਆਂ ਬਣਦੀਆਂ ਕਈ ਵਾਰ ਮੇਕਰ ਦੀ ਆਪਦੀ ਕੋਈ ਇੰਟੈਂਸ਼ਨ ਹੁੰਦੀ ਹੈ ਉਹਨੂੰ ਆਪਦਾ ਰੰਗ ਦੇ ਦਿੰਦੇ ਨੇ ਉਸ ਚੀਜ਼ ਨੂੰ, ਤਾਂ ਉਹ ਕਹਿੰਦੇ ਸੀ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਜੋ ਤਿਆਰ ਹੋਇਆ, ਅਤੇ ਕਿਸ ਰੂਪ ਦੇ ਵਿੱਚ ਪਹਿਲਾ ਪਾਰਟ ਜਦੋਂ ਸੀਜ਼ਨ ਫਸਟ ਆਇਆ ਤਾਂ ਉਹਦੇ ਵਿੱਚ ਅਹਿਮ ਰੂਪ 'ਚ ਇਹੀ ਗੱਲ ਸੀ ਵੀ ਇਹ ਐਡਾ ਵੱਡਾ ਸੰਘਰਸ਼, ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਬਣਿਆ ਤਾਂ ਬਣਿਆ ਕਿਵੇਂ, ਉਹਨਾਂ ਪਹਿਲੂਆਂ ਨੂੰ ਆਪਾਂ ਐਕਸਪਲੋਰ ਕੀਤਾ,
ਪਲੱਸ ਸਾਈਮਲਟੇਨੀਅਸਲੀ ਉਹ ਬਣਿਆ ਕਿਸ ਲਾਜ਼ ਦੇ ਖਿਲਾਫ ਹੈ, ਉਹਨਾਂ ਲਾਜ਼ ਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਮੈਨੂੰ ਰਿਕੁਐਸਟ ਕੀਤੀ ਗਈ ਸੀ ਵੀ ਉਹ ਲਾਜ਼ ਦੇ ਬਾਰੇ ਮੈਂ ਐਕਸਪਲੇਨ ਕਰਨਾ। ਉਹੀ ਉਸ ਡਾਕੂਮੈਂਟਰੀ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ, ਜੋ ਮੇਰੀ ਸੇਵਾ ਲੱਗੀ ਤਾਂ ਮੈਂ ਉਹ ਲਾਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਡਾਕੂਮੈਂਟਰੀ। ਅਤੇ ਨਵਦੀਪ ਜੀ, ਜਿਵੇਂ ਤੁਸੀਂ ਕਰ ਰਹੇ ਹੋ, ਮੰਨ ਲਓ ਕਿ ਨਵਰੀਤ ਜੀ ਤੁਹਾਡੇ ਨਾਲ ਹੈਗੇ ਨੇ ਅਤੇ ਹੋਰ ਵੀ ਜਿਹੜੇ ਸਕੋਲਰ ਤੁਸੀਂ ਲੱਭੇ ਨੇ, ਕਿੰਨੀ ਕੁ ਮਿਹਨਤ ਕਰਨੀ ਪਈ ਹੈ, ਕਿੰਨਾ ਕੁ ਜਾਂ ਫਿਰ ਤੁਹਾਨੂੰ ਪੱਕਿਆ ਪਕਾਇਆ ਸਾਰਾ ਕੁਝ ਮਿਲ ਗਿਆ? ਹਾਂਜੀ, ਪੱਕਿਆ ਪਕਾਇਆ ਤਾਂ ਆਪਾਂ ਨਹੀਂ ਕਹਿ ਸਕਦੇ, ਮਿਲਿਆ ਸਾਰਾ ਕੁਝ। ਟੀਮ ਵਰਕ ਸੀ, ਵੀ ਟੀਮ ਦੇ ਮੈਂਬਰ ਸੀ ਸਾਰੇ ਰਲ ਮਿਲ ਕੇ, ਸਭ ਨੇ ਮਿਹਨਤ ਕੀਤੀ ਹੈ, ਕੰਮ ਕੀਤਾ, ਤਾਂ ਮੈਂ ਵੀ ਚਲੋ ਮੈਂ ਵੀ ਸਭ ਦਾ ਧੰਨਵਾਦੀ ਹਾਂ ਸਾਰੇ ਟੀਮ ਮੈਂਬਰਾਂ ਦਾ, ਵੀ ਬਗੈਰ ਟੀਮ ਦੇ ਤਾਂ ਨਹੀਂ ਪੋਸੀਬਲ ਸੀ ਇੰਨਾ ਕੁਛ। ਤਾਂ ਇਹ ਹੈ ਵੀ ਜਿਹੜਾ ਕੁਛ ਮੈਂ, ਮੇਰੀ ਸਿਰਫ ਇੰਨੀ ਮਿਹਨਤ ਸੀ ਵੀ ਮੈਂ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਵੀ ਜਿਹੜਾ ਸਕੈਜੂਲ ਕਰਨਾ ਲੈ ਕੇ ਆਉਣਾ, ਉਹਦੇ 'ਚ ਮੇਰਾ ਕਾਫੀ ਜ਼ੋਰ ਲੱਗਿਆ। ਫਿਰ ਉਸ ਤੋਂ ਬਾਅਦ ਜਦੋਂ ਇੱਕ ਵਾਰ ਫਲੋ ਚੱਲ ਪਿਆ, ਫਿਰ ਉਹ ਸਾਰੀਆਂ ਚੀਜ਼ਾਂ ਆਰਾਮਦਾਰੀ ਨਾਲ ਹੋਈ ਗਈ। ਇਹ ਗੱਲ ਮੰਨ ਲਈ ਕਿ ਤੁਸੀਂ ਕਿ ਪੱਕਿਆ ਪਕਾਇਆ ਨਹੀਂ ਮਿਲਿਆ ਸੀ, ਗੱਲ ਮੰਨ ਗਏ, ਪਰ ਇੱਕ ਜਦੋਂ ਕੋਈ ਫਿਲਮ ਬਣਾਉਂਦਾ, ਕੋਈ ਪ੍ਰੋਡਿਊਸਰ ਡਾਇਰੈਕਟਰ ਕੰਮ ਕਰਦੇ ਨੇ, ਤਾਂ ਉਹਨਾਂ ਫਿਲਮ ਦਾ ਇੱਕ ਇਹ ਹੁੰਦਾ ਕਿ ਅਸੀਂ ਇੱਥੇ ਤੱਕ ਬਣਾਉਣੀ, ਇੰਨਾ ਸਾਡਾ ਬਜਟ, ਅਤੇ ਇਸ ਤੋਂ ਬਾਅਦ ਅਸੀਂ ਇੰਨੀ ਕਮਾਈ ਕਰਦੇ ਜੀ। ਪਰ ਤੁਸੀਂ ਕਹਿ ਰਹੇ ਕਿ ਤੁਸੀਂ ਸੀਜ਼ਨ ਬਣਾ ਰਹੇ ਹੋ, ਤੁਸੀਂ ਹੁਣ ਲਾਈਵ ਤਾਂ ਬਣਾ ਲਏ, ਜਿਹੜਾ ਹੁਣ ਤਾਂ ਲਾਈਵ ਹੋ ਗਿਆ, ਅਤੇ ਇਹਨੂੰ ਅੱਗੇ ਕਿੱਦਾਂ ਲੈ ਕੇ ਜਾਓਗੇ, ਅਗਲਾ ਫਿਊਚਰ ਦਾ ਜਿਹੜਾ ਭਵਿੱਖ ਹੈ ਤੁਸੀਂ ਉਹ ਕਿਵੇਂ ਸੋਚਿਆ ਹੋਇਆ? ਜੀ, ਅਸੀਂ ਇਹੀ ਹੈ ਵੀ ਹੁਣ ਇਸ ਅੰਦੋਲਨ 'ਤੇ ਹੀ ਡਿਪੈਂਡੈਂਸੀ ਹੈ ਸਾਡੀ, ਵੀ ਜਿੰਨਾ ਲੰਬਾ ਇਹ ਹੁਣ ਚੱਲੂਗਾ ਅੰਦੋਲਨ, ਉਨੀ ਲੰਬੀ ਸਾਡੀ ਵੈਬ ਸੀਰੀਜ਼ ਚੱਲੂਗੀ। ਤਾਂ ਹੁਣ ਜੇ ਇਹ ਸਪੋਜ਼ ਕਰੋ ਆਪਣਾ ਕੱਲ੍ਹ ਨਿਬੜ ਜਾਂਦਾ ਸਾਰਾ ਕੁਛ, ਤਾਂ ਅਸੀਂ ਦੂਜਾ ਸੀਜ਼ਨ ਕਰਕੇ ਕੰਪਲੀਟ, ਤਾਂ ਸਾਰਾ ਅਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕਵਰ ਕਰਕੇ ਉਹਦੇ 'ਚ ਡਨ ਕਰ ਦੇਵਾਂਗੇ। ਹੁਣ ਜੇ ਨਹੀਂ ਨਿਬੜਦਾ, ਸਪੋਜ਼ ਕਰੋ ਹੋਰ ਸਾਲ ਚੱਲਦਾ, ਡੇਢ ਸਾਲ ਚੱਲਦਾ, ਦੋ ਸਾਲ ਚੱਲਦਾ, ਤਾਂ ਫਿਰ ਇਸ ਵੈਬ ਸੀਰੀਜ਼ ਵੀ ਸਾਡਾ ਇਹੀ ਪਲੈਨ ਹੈ ਵੀ ਅਸੀਂ ਐਂਡ ਤੱਕ ਹੀ ਲੈ ਕੇ ਜਾਵਾਂਗੇ। ਅਤੇ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਨੇ ਤੁਹਾਡੇ? ਪ੍ਰੋਜੈਕਟ ਹੈਗੇ ਆ ਆਪਣਾ, ਕਾਫੀ ਨੇ ਪ੍ਰੋਜੈਕਟ, ਅਸੀਂ ਹੁਣ ਕਰ ਸਕਦਾ ਮੈਂ ਰਿਵੀਲ? ਹਾਂ, ਵੀ ਅਸੀਂ ਵੀ ਇੱਕ ਮੇਰੀ ਫੀਚਰ ਫਿਲਮ ਆ ਮੇਰੀ ਲਿਖੀ ਹੋਈ, ਉਹ ਬੰਬੇ ਦੇ ਵਿੱਚ ਹੁਣ ਉਹਦੇ ਸ਼ਾਰਟ ਲਿਸਟ ਹੋਈ ਹੈ, ਤਾਂ ਦੇਖੋ ਹੁਣ ਜੇ ਇਨ ਫਿਊਚਰ। ਪੀਰੀਅਡ ਫਿਲਮ ਆ 1910-1914 ਦੇ ਵਿਚਕਾਰ ਵਾਲੀ, ਜਿਹੜਾ ਵੀ ਇੱਥੇ ਗਦਰ ਪਾਰਟੀ ਸੀ, ਹੋਰ ਚੀਜ਼ਾਂ ਸੀ, ਤਾਂ ਉਹ ਸਾਰੀਆਂ ਚੀਜ਼ਾਂ ਉਹਦੇ 'ਚ ਲਿਖੀਆਂ, ਤਾਂ ਉਹ ਕੌਨਸੈਪਟ ਬੇਸਡ ਵੀ ਸਾਰਾ ਕੌਨਸੈਪਟ ਮੇਰਾ, ਸਕਰੀਨ ਪਲੇ ਮੇਰਾ ਉਹਦੇ 'ਚ ਮੈਂ ਲਿਖਿਆ। ਤਾਂ ਦੇਖੋ ਹੁਣ ਵੀ ਜੇ ਹੁਣ ਕੋਵਿਡ ਕਰਕੇ ਥੋੜ੍ਹਾ ਡਿਲੇ ਹੋ ਰਿਹਾ, ਵੀ ਜਦੋਂ ਚੀਜ਼ਾਂ ਸ਼ਾਰਟ ਆਊਟ ਹੁੰਦੀਆਂ ਤਾਂ ਫਿਰ ਪੋਸੀਬਲੀ ਵੀ ਉਹਦੇ ਵੀ ਕੰਮ ਹੋਊਗਾ ਆਉਣ ਵਾਲੇ ਟਾਈਮ 'ਚ। ਅਤੇ ਜਿਹੜੇ ਤੁਸੀਂ ਸੀਜ਼ਨ ਬਣਾਏ ਨੇ, 3 ਸੀਜ਼ਨ ਤੁਸੀਂ ਕਹਿੰਦੇ ਤਿਆਰ ਕਰ ਚੁੱਕੇ ਹੋ, ਅਤੇ ਕਿੰਨਾ ਕੁ ਰਿਸਪੋਂਸ ਲੋਕਾਂ ਦਾ ਮਿਲਿਆ, ਅਤੇ ਕੋਈ ਤੁਹਾਡੇ ਨਾਲ ਕੋਈ ਨਵੇਂ ਲੋਕ ਜੁੜੇ ਵੀ ਨੇ, ਜਾਂ ਕਿ ਸਿਰਫ ਉਹੀ ਪੁਰਾਣੇ ਹੀ ਕੰਮ ਕਰਨੇ? ਨਵੇਂ ਲੋਕ ਵੀ ਹੁਣ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹੁਣ ਵੀ ਕੰਮ ਦੇਖ ਕੇ ਵੀ ਲੋਕਾਂ ਨੂੰ ਹੁੰਦਾ ਵੀ ਚਲੋ ਕੰਮ ਹੋ ਰਿਹਾ, ਵੀ ਵਧੀਆ ਕੰਮ ਹੋ ਰਿਹਾ, ਤਾਂ ਲੋਕ ਵੀ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਵੀ ਹੁਣ ਆਪਣੇ ਵੀ। ਪਹਿਲਾਂ ਮੇਰੇ ਕੋਲ ਇੰਨੀ ਟੀਮ ਨਹੀਂ ਸੀ, ਪਹਿਲਾਂ ਅਸੀਂ 2-3 ਮੁੰਡੇ ਹੁੰਦੇ ਸੀ, ਤਾਂ ਅਸੀਂ ਵੀ ਦੇਖਦੇ ਹੁੰਦੇ ਸੀ, ਸਾਰਾ ਕੁਛ ਵੀ ਸਾਡੇ ਸਿਰ 'ਤੇ ਹੁੰਦਾ ਸੀ ਵੀ ਅਸੀਂ ਵੀ ਪ੍ਰੀ ਪ੍ਰੋਡਕਸ਼ਨ ਕਰਨੀ, ਅਸੀਂ ਕਾਸਟਿੰਗ ਕਰਨੀ, ਅਸੀਂ ਅੱਗੇ ਐਂਡ ਤੱਕ ਲਾਈਵ ਕਰਨ ਤੱਕ ਸਾਰਾ ਪ੍ਰੋਸੈਸ ਸਾਡੇ ਵੱਲੋਂ ਹੁੰਦਾ ਸੀ। ਹੁਣ ਜਦੋਂ 1-2 ਪ੍ਰੋਜੈਕਟ ਆ ਗਏ ਸਕਰੀਨ 'ਤੇ, ਤਾਂ ਫਿਰ ਟੀਮ ਵੀ ਐਕਸਪੈਂਡ ਹੋਈ ਹੈ ਆਟੋਮੈਟਿਕਲੀ, ਤਾਂ ਹੋਰ ਵੀ ਹੁਣ ਵੀ ਕਾਫੀ ਲੋਕ ਜੁੜਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇੱਕ ਤਾਂ ਆਡੀਅੰਸ ਵਾਈਜ਼ ਵੀ ਕਾਫੀ ਹੁਣ ਚੈਨਲ 'ਤੇ ਵੀ ਕਾਫੀ ਟ੍ਰੈਫਿਕ ਆਉਣ ਲੱਗ ਗਿਆ, ਤਾਂ ਵਿਊ ਵੀ ਕਾਫੀ ਨੇ ਹੁਣ, ਤਾਂ ਲੋਕ ਜਿੱਦਾਂ ਵੀ ਉਹੀ ਹੈ ਵੀ ਲੋਕ ਪਸੰਦ ਕਰ ਰਹੇ ਆ ਕੰਮ ਨੂੰ, ਤਾਂ ਅੱਗੇ ਵੀ ਸ਼ੇਅਰ ਕਰ ਰਹੇ। ਅਤੇ ਇਨਕਮ ਸੋਰਸ ਦੀ ਗੱਲ ਆ ਜਾਂਦੀ ਹੈ, ਜੇ ਇੱਥੇ ਗੱਲ ਆ ਜਾਂਦੀ ਆ ਵੀ ਅਸੀਂ ਇੰਨਾ ਪੈਸਾ ਲਗਾ ਰਹੇ ਹਾਂ, ਜੇ 5 ਜਾਂ 7 ਬੰਦੇ ਤੁਹਾਡੇ ਟੀਮ ਵਰਕ 'ਚ ਹੈਗੇ ਨੇ, ਅਤੇ ਉਹ ਫਿਰ ਖਰਚਾ ਕਿਵੇਂ ਤੁਸੀਂ ਪੂਰਾ ਕਰਦੇ ਹੋ, ਜਾਂ ਕੱਲ੍ਹ ਨੂੰ ਕੋਈ ਆਪਸ ਦੇ ਵਿੱਚ ਜਿਹੜੇ ਘਰ ਦੇ ਵੀ ਖਰਚੇ ਚਲਾਉਣੇ ਹੁੰਦੇ, ਸਾਰੇ ਹੋਰ ਵੀ ਕਈ ਕੰਮ ਹੁੰਦੇ ਨੇ, ਅਤੇ ਉਹ ਕਿਵੇਂ ਫਿਰ ਤੁਸੀਂ ਇਹਨਾਂ 'ਚ ਪੂਰਾ ਕਰੋਗੇ? ਜੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਮੈਂ ਇੱਕ ਵੀ ਕਾਰਪੋਰੇਟ ਰਨ ਕਰ ਰਿਹਾ, ਮੈਂ IT ਫਰਮ ਰਨ ਕਰ ਰਿਹਾ, ਤਾਂ ਉਹਦੇ ਵਿੱਚ ਵੀ ਜਿਹੜਾ ਆ ਮੇਰਾ ਕੰਮ ਹੈ ਫਿਲਮ ਮੇਕਿੰਗ ਦਾ, ਇਹ ਸਿਰਫ ਮੇਰੇ ਪੈਸ਼ਨ ਦੇ ਤੌਰ 'ਤੇ ਹੀ ਹੈ, ਬਟ ਫਿਰ ਵੀ ਇਸ ਕੰਮ ਵਾਸਤੇ ਵੀ ਮੇਰੀ ਜਿਹੜੀ ਫੰਡਿੰਗ ਆ ਉਹ ਆਪਣੇ ਪ੍ਰੋਡਿਊਸਰ ਅਮਨੀਤ ਪਾਲ ਦੇ ਕੋਲ, ਤਾਂ ਉਹ ਕਰ ਰਹੇ ਆ ਫੰਡਿੰਗ। ਬਟ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜਿੰਨਾ ਵੀ ਆਪਾਂ ਘੱਟ ਤੋਂ ਘੱਟ ਬਜਟ ਲੈ ਕੇ ਤਾਂ ਵਧੀਆ ਸਕਰੀਨਿੰਗ ਕਰਕੇ ਲੈ ਕੇ ਆਈਏ ਆਪਣੇ ਪ੍ਰੋਜੈਕਟਸ ਨੂੰ, ਤਾਂ ਜਿਹੜਾ ਘਰ ਦਾ ਖਰਚਾ ਉਹੀ ਹੈ ਵੀ ਆਪਣਾ ਵੀ ਕੰਮ ਹੈ ਜਿਹੜਾ ਕੁਛ ਉੱਥੋਂ ਸੇਵਿੰਗ ਹੈ ਕੁਛ ਹੈ, ਤਾਂ ਉਹਦੇ ਹਿਸਾਬ ਨਾਲ ਵੀ ਘਰ ਦਾ ਖਰਚਾ ਹੁੰਦਾ, ਤਾਂ ਇਹਦੇ 'ਤੇ ਜਿਹੜਾ ਪੈਸਾ ਲੱਗਦਾ ਇਹਨਾਂ ਕੰਮਾਂ 'ਤੇ ਉਹਦੀ ਕੋਈ ਰਿਟਰਨ ਨਹੀਂ ਹੈਗੀ। ਵੀ ਹੁਣ ਵੀ ਅਸੀਂ ਨਵਾਂ ਚੈਨਲ ਬਣਾਇਆ, ਨਵੇਂ ਉਹਦੇ 'ਤੇ ਪ੍ਰੋਜੈਕਟਸ ਅਪਲੋਡ ਕਰ ਰਹੇ ਹਾਂ,
ਤਾਂ ਕੋਈ ਇੱਦਾਂ ਨਹੀਂ ਵੀ ਅਸੀਂ ਅੱਜ ਕੋਈ ਪ੍ਰੋਜੈਕਟ ਪਾਇਆ ਤਾਂ ਸਾਨੂੰ ਕੱਲ੍ਹ ਤੋਂ ਪੈਸਾ ਆਉਣਾ ਸ਼ੁਰੂ ਹੋ ਗਿਆ, ਇੱਦਾਂ ਦਾ ਹਜੇ ਤੱਕ ਕੁਛ ਵੀ ਨਹੀਂ। ਜਿੰਨੇ ਵੀ ਮੇਰੇ 3-4 ਪ੍ਰੋਜੈਕਟ ਪਹਿਲਾਂ ਦੇ ਆ ਤਾਂ ਉਹਨਾਂ ਤੋਂ ਵੀ ਮੈਨੂੰ ਕੋਈ ਕੁਛ ਵੀ, ਮਤਲਬ ਕਹਿ ਲਓ ਵੀ ਜ਼ੀਰੋ ਅਰਨਿੰਗ ਹੈ ਉਹਦੇ 'ਚੋਂ ਵੀ। ਬਟ ਕੋਸ਼ਿਸ਼ ਇਹ ਹੈ ਵੀ ਅਸੀਂ ਕਮਰਸ਼ਲਾਈਜ਼ ਨਾ ਕਰੀਏ ਇਹਨਾਂ ਚੀਜ਼ਾਂ ਨੂੰ, ਅਸੀਂ ਵੀ ਆਪਣੇ ਪੈਸ਼ਨੇਟ ਹੋ ਕੇ ਤਾਂ ਉਹਨਾਂ ਮੁੱਦਿਆਂ ਨੂੰ ਸਕਰੀਨ 'ਤੇ ਲੈ ਕੇ ਆਈਏ ਵੀ ਜਿਨ੍ਹਾਂ ਦੀ ਲੋੜ ਅੱਜ ਸਮਾਜ ਨੂੰ ਹੈ। ਯਾਨੀ ਕਿ ਤੁਸੀਂ ਇੱਕ ਲੋਕ ਸੇਵਾ ਦੇ ਤੌਰ 'ਤੇ ਜਿਹੜਾ ਕਿ ਇਹਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ, ਲੋਕ ਸੇਵਾ ਦੇ ਨਾਲ ਜਿਹੜਾ ਕਿ ਤੁਸੀਂ ਜੁੜਨਾ ਚਾਹੁੰਦੇ? ਜੀ, ਲੋਕ ਸੇਵਾ ਵੀ ਆਪਾਂ ਕਹਿ ਸਕਦੇ ਹਾਂ। ਉੱਦਾਂ ਵੀ ਮੇਰਾ ਜਿਹੜਾ ਮਾਇੰਡ ਸੈੱਟ ਹੈ ਉਹ ਇਸ ਹਿਸਾਬ ਨਾਲ ਹੀ ਬਿਲਡਅਪ ਹੋਇਆ ਵੀ ਲੋਕ ਕਮਰਸ਼ੀਅਲ ਚੀਜ਼ਾਂ, ਲੋਕ ਆਪਣੇ ਪ੍ਰੋਫਿਟ ਲਈ ਬਹੁਤ ਕੁਝ ਕਰ ਰਹੇ ਆ ਵੀ ਲੋਕ ਵੀ ਮਿਊਜ਼ੀਕਲ ਵੀਡੀਓਜ਼ ਹੋ ਗਈਆਂ, ਹੋਰ ਕਾਮੇਡੀ ਫਿਲਮਸ ਹੋ ਗਈਆਂ, ਹੋਰ ਚੀਜ਼ਾਂ ਹੋ ਗਈਆਂ, ਤਾਂ ਉਹ ਸਿਰਫ ਇੱਕ ਹੁੰਦਾ ਵੀ ਅੱਜ ਪੈਸੇ ਲਾ ਦਿਓ, 6 ਮਹੀਨੇ ਬਾਅਦ ਆਪਣੇ ਡਬਲ ਹੋ ਕੇ ਆਪਾਂ ਨੂੰ ਮਿਲ ਜਾਣੇ, ਤਾਂ ਉਹ ਚੀਜ਼ਾਂ ਅਸੀਂ ਵੀ ਸਾਡਾ ਹਜੇ ਫਿਲਹਾਲ ਤਾਂ ਨਹੀਂ ਕੋਈ ਵੀ ਇੱਦਾਂ ਦਿਮਾਗ ਦੇ ਵਿੱਚ ਹੈਗਾ ਵੀ ਸਾਨੂੰ ਇਹ ਹੈ ਵੀ ਚਲੋ ਵੀ ਇੱਕ ਜਿਹੜੇ ਵਿਊਅਰਸ ਨੇ ਉਹਨਾਂ ਦਾ ਟੇਸਟ ਚੇਂਜ ਕੀਤਾ ਜਾਵੇ ਵੀ ਹੁਣ ਵੀ ਆਪਾਂ ਦੇਖਦੇ ਹਾਂ ਵੀ ਜੇ ਮੈਂ ਅੱਜ ਕੋਈ ਪੀਰੀਅਡ ਫਿਲਮ ਬਣਾ ਰਿਹਾ ਜਾਂ ਮੈਂ ਕੋਈ ਸਮਾਜਿਕ ਮੁੱਦੇ 'ਤੇ ਕੋਈ ਕੰਮ ਕਰ ਰਿਹਾ ਤਾਂ ਉਹ ਲੋਕ ਨਹੀਂ ਪਸੰਦ ਕਰਨਗੇ ਕਿਉਂਕਿ ਉਹਨਾਂ ਦਾ ਟੇਸਟ ਹੀ ਇਸ ਹਿਸਾਬ ਨਾਲ ਬਿਲਡਅਪ ਹੋਇਆ ਵੀ ਉਹੀ ਕਾਮੇਡੀ ਫਿਲਮਾਂ, ਉਹੀ ਲਵ ਸਟ੍ਰਾਇੰਗਲ, ਲਵ ਸਟੋਰੀਜ਼, ਉਹੀ ਚੀਜ਼ਾਂ ਉਹ ਗਿੱਜੇ ਹੋਏ ਆ ਦੇਖਣ ਨੂੰ, ਤਾਂ ਉਹ ਚੀਜ਼ਾਂ ਫਿਰ ਆਪਣਾ ਵੀ ਮੇਰੀ ਕੋਸ਼ਿਸ਼ ਇਹ ਹੈ ਵੀ ਚਲੋ ਅੱਜ ਅਸੀਂ ਤੁਰੇ ਹਾਂ ਇਸ ਵੱਲ ਨੂੰ ਤਾਂ ਹੋ ਸਕਦਾ ਵੀ ਆਉਣ ਵਾਲੇ 5-7-10 ਸਾਲਾਂ ਨੂੰ ਵੀ ਸਾਡੀ ਇਸ ਕੋਸ਼ਿਸ਼ ਦਾ ਨਤੀਜਾ ਦੇਖਣ ਨੂੰ ਮਿਲੇ। ਰਵਨੀਤ ਜੀ, ਇਸ ਤੋਂ ਇਲਾਵਾ ਜਾਣੀ ਕਿ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਜਿਹੜੇ ਕਾਨੂੰਨੀ ਦਾ ਪੇਚ ਹੈਗੇ ਨੇ, ਜਾਂ ਫਿਰ ਜਿਵੇਂ ਹੁਣ ਨਵਦੀਪ ਹੋਣੀ ਕੰਮ ਕਰ ਰਹੇ ਨੇ, ਹੋ ਸਕਦਾ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨੂੰ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕੋਈ ਇਹੋ ਜਿਹੀਆਂ ਨੌਬਤਾਂ ਵੀ ਆਉਂਦੀਆਂ ਨੇ ਜਿੱਥੇ ਸਰਕਾਰਾਂ ਨੂੰ ਵੀ ਹੋ ਸਕਦਾ ਫਿਰ ਕੋਈ ਚੁੰਡੀ ਵੱਢੀ ਜਾਂਦੀ ਹੈ ਅਤੇ ਸਰਕਾਰਾਂ ਕੁਝ ਕਰਨ, ਅਤੇ ਫਿਰ ਉੱਥੇ ਦਾ ਕਿਵੇਂ ਦਾ ਵੇ ਰਹੇਗਾ? ਦੇਖੋ ਮੇਜਰ ਸਿੰਘ ਜੀ, ਹੁਣ ਹਾਲਾਤ ਬਦਲ ਗਏ ਨੇ, ਹੁਣ ਉਹ ਹਾਲਾਤ ਨਹੀਂ ਰਹੇ ਵੀ ਸਰਕਾਰਾਂ ਜੇ ਕਿਸੇ ਨੂੰ ਦਬਾਉਣਾ ਚਾਹੁੰਦੀਆਂ ਜਾਂ ਕਿਸੇ ਨੂੰ ਕੁਚਲਣਾ ਚਾਹੁੰਦੀਆਂ ਤਾਂ ਉਹਨਾਂ ਲਈ ਬੜਾ ਆਸਾਨ ਹੋ ਜਾਂਦਾ ਸੀ। ਹੁਣ ਲੋਕ ਜੇ ਕਿਸੇ ਦੇ ਬੂਹੇ ਦਰਦ ਜਾਂ ਪੀੜ ਪੈਂਦੀ ਹੈ ਅਤੇ ਕਿਸੇ ਨਾਲ ਧੱਕਾ ਹੁੰਦਾ, ਤਸ਼ੱਦਦ ਹੁੰਦੀ ਹੈ, ਤਾਂ ਲੋਕਾਂ ਦਾ ਰੁਝਾਨ ਹੁਣ ਬਦਲ ਵੱਲ ਜਾ ਰਿਹਾ ਅਤੇ ਇਹੀ ਇੱਕ ਕੋਸ਼ਿਸ਼ ਹੈ ਜਦੋਂ ਇਹੋ ਜਿਹੀਆਂ ਚੀਜ਼ਾਂ ਸਮਾਜ ਦੇ ਵਿੱਚ ਲਿਆਂਦੀਆਂ ਜਾ ਰਹੀਆਂ, ਜਿਵੇਂ ਬੜੀ ਸੰਜੀਦਗੀ ਨਾਲ ਨੌਜਵਾਨ ਮੁੰਡਾ ਅਤੇ ਕਿਸ ਰੂਪ ਦੇ ਵਿੱਚ ਉਹ ਸੰਜੀਦਾ ਰੂਪ ਦੇ ਵਿੱਚ ਸੰਜੀਦਾ ਟੋਪਿਕਸ ਦੇ ਉੱਤੇ ਹੁਣ ਫਿਲਮਾਂ ਨੂੰ ਬਣਾ ਰਹੇ ਨੇ ਜਾਂ ਉਹ ਕਮਰਸ਼ੀਅਲਾਈਜੇਸ਼ਨ ਵੱਲ ਨਹੀਂ ਜਾਣਾ ਚਾਹੁੰਦੇ, ਇਹ ਮੈਂ ਕਹੂੰਗਾ ਕਿ ਸਮਾਜ ਦੇ ਬਦਲ ਦੀ ਇੱਕ ਆਗਾਸ ਹੈ, ਇੱਕ ਸ਼ੁਰੂਆਤ ਹੈ ਅਤੇ ਉਮੀਦ ਕਰਦੇ ਵੀ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਜਿਹੜੀਆਂ ਹਾਲਾਤ ਨੇ ਜੋ ਹੁੰਦੇ ਰਹੇ ਨੇ ਉਹ ਸਿਰਫ ਉਦੋਂ ਹੀ ਹੁੰਦੇ ਨੇ ਜਦੋਂ ਸਮਾਜ ਇਹ ਦੂਜੇ ਬੰਦੇ 'ਤੇ ਹੁੰਦੀ ਤਸ਼ੱਦਦ ਨੂੰ ਦੇਖ ਕੇ ਚੁੱਪ ਕਰ ਜਾਂਦੀ ਹੈ, ਅਤੇ ਮੈਨੂੰ ਉਮੀਦ ਹੈ ਵੀ ਇਹਨਾਂ ਚੀਜ਼ਾਂ ਦੇ ਨਾਲ ਜੋ ਹੈ ਬਦਲਾਓ ਇੱਕ ਆਊਗਾ ਸਮਾਜ ਦੇ ਵਿੱਚ, ਇੱਕ ਅੱਛਾ ਮੈਸੇਜ ਜਾਊਗਾ ਅਤੇ ਉਹਨਾਂ ਨੂੰ ਆਪਦੇ ਹੱਕਾਂ ਦੇ ਬਾਰੇ ਜਾਗਰੂਕਤਾ ਜਿਹੜੀ ਹੈ ਉਹ ਅਵੇਅਰਨੈਸ ਦੇ ਰੂਪ ਦੇ ਵਿੱਚ ਆਊਗੀ ਅਤੇ ਉਹ ਲੋਕਾਂ ਦੇ ਨਾਲ ਕਿਸੇ ਵੀ ਕਰੂਤੀ, ਕਿਸੇ ਵੀ ਗਲਤ ਗੱਲ ਦੇ ਖਿਲਾਫ ਲੋਕ ਜੋ ਹੈ ਅੱਗੇ ਹੋ ਕੇ ਆਵਾਜ਼ ਉਠਾਉਣਗੇ, ਬੁਲੰਦੀ ਨਾਲ ਆਵਾਜ਼ ਉਠਾਉਣਗੇ। ਬਹੁਤ ਬਹੁਤ ਧੰਨਵਾਦ ਨਵਦੀਪ ਜੀ, ਅਤੇ ਨਾਲੇ ਮੈਂ ਤੁਹਾਡਾ ਵੀ ਨਵਰੀ ਜੋਸ਼ੀ ਜੀ ਆਪਣਾ ਧੰਨਵਾਦ ਕਰਦਾ ਕਿ ਜਿਹੜਾ ਕਿ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਅਤੇ ਅਸੀਂ ਗੱਲਬਾਤ ਕੀਤੀ ਹੈ। ਸੋ ਅਸੀਂ ਇਹ ਚਾਹਾਂਗੇ ਕਿ ਤੁਹਾਡੇ ਵਾਂਗ ਜਿਵੇਂ ਨੌਜਵਾਨ ਹੋਰ ਵੀ ਅੱਗੇ ਆਉਣ, ਕੰਮ ਕਰਨ, ਕਿਉਂਕਿ ਅੱਜ ਪੰਜਾਬ ਦੇ ਵਿੱਚ ਨੌਜਵਾਨੀ ਬਹੁਤ ਹੀ ਖਤਰਨਾਕ ਰਸਤੇ 'ਤੇ ਚੱਲੀ ਹੋਈ ਹੈ। ਸੋ ਅਸੀਂ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।